ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਤੀਰਥ ਸਿੰਘ ਅਤੇ ਮੈਂ ਆਸ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਅਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਸਾਰੇ ਸਟੂਡੈਂਟਸ ਨੂੰ ਅਤੇ ਉਹਨਾਂ ਦੇ ਪੇਰੈਂਟਸ ਨੂੰ ਵਧਾਈ ਦੇਣਾ ਚਾਹੂੰਗਾ ਕਿ ਜਿਨ੍ਹਾਂ ਦਾ ਆ ਪਿਛਲੇ ਟਾਈਮ ਦੇ ਵਿੱਚ ਵੀਜ਼ਾ ਉਹਨਾਂ ਨੂੰ ਅਪਰੂਵ ਹੋ ਕੇ ਮਿਲਿਆ, ਅਤੇ ਉਹਨਾਂ ਸਾਰੇ ਬੱਚਿਆਂ ਨੇ ਪਰਮਾਤਮਾ ਤੋਂ ਅਰਦਾਸ ਵੀ ਕਰੂੰਗਾ, ਸਪੈਸ਼ਲੀ ਕਿਊਬਿਕ ਵਾਲੇ ਬੱਚੇ ਜਿਹੜੇ ਬਹੁਤ ਦੇਰ ਤੋਂ ਵੇਟ ਕਰ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਅਪ੍ਰੈਲ ਮੰਥ ਦੇ ਸਟਾਰਟਿੰਗ ਦੇ ਵਿੱਚ ਹੀ ਉਹਨਾਂ ਨੂੰ ਜਿਹੜੇ ਵੀਜ਼ਾ ਅਪਰੂਵ ਹੋ ਕੇ ਉਹਨਾਂ ਨੂੰ ਮਿਲਣ। ਅਤੇ ਇੱਕ ਅੱਜ ਦੀ ਵੀਡੀਓ ਦੇ ਵਿੱਚ ਜੇਕਰ ਮੈਂ ਤੁਹਾਡੇ ਨਾਲ ਇੱਕ ਬਹੁਤ ਇੰਪੋਰਟੈਂਟ ਅਪਡੇਟ ਸ਼ੇਅਰ ਕਰਨਾ ਜੋ ਕਿ ਤੁਹਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਆ, ਉਹਨਾਂ ਸਾਰੇ ਬੱਚਿਆਂ ਲਈ ਬਹੁਤ ਜ਼ਰੂਰੀ ਆ ਜਿਨ੍ਹਾਂ ਦੇ ਵੀਜ਼ਾ ਲੱਗ ਚੁੱਕੇ, ਪਾਸਪੋਰਟ ਸਟੈਂਪ ਹੋ ਕੇ ਆ ਚੁੱਕਾ ਵਾ, ਅਤੇ ਉਹ ਸਾਰੇ ਬੱਚੇ ਵੀ ਜਿਨ੍ਹਾਂ ਦੀਆਂ ਫਾਈਲ ਕਿਊਜ਼ ਦੇ ਵਿੱਚ ਲੱਗੀਆਂ ਹੋਈਆਂ, ਸਾਰੇ ਹੀ ਬੱਚੇ ਬੇਟਾ ਜਦੋਂ ਮਰਜ਼ੀ ਤੁਸੀਂ ਫਾਈਲ ਲੌਂਚ ਕੀਤੀ, ਚਾਹੇ ਆ ਇਸ ਮਹੀਨੇ ਕੀਤੀ, ਚਾਹੇ 6 ਮਹੀਨੇ ਪੁਰਾਣੀ ਤੁਹਾਡੀ ਫਾਈਲ ਲੌਂਚ ਹੋਈ ਆ, ਸਾਰੇ ਬੱਚੇ ਜਿਹੜੇ ਰਿਜ਼ਲਟ ਦੀ ਵੇਟ ਕਰ ਰਹੇ ਆ, ਇਹ ਵਾਲਾ ਅਪਡੇਟ ਉਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਉਹਨਾਂ ਦਾ ਇੱਕ ਗਲਤ ਫੈਸਲਾ ਜਿਹੜੇ ਸਾਰੀ ਉਹਨਾਂ ਦੀ ਇਹ ਮਿਹਨਤ, ਉਹਨਾਂ ਦੀ ਇਹ ਪੇਸ਼ੈਂਸ ਜਿਹੜੀਆਂ ਉਹਨਾਂ ਨੇ ਇੰਨੀ ਬੇਸਬਰੀ ਨਾਲ ਜਾਂ ਇੰਨੀ ਮਿਹਨਤ ਨਾਲ ਇਹ ਟਾਈਮ ਕੱਟਿਆ ਵਾ, ਮਿਹਨਤ ਕੀਤੀ ਆ ਡੀਅਰ, ਕਿਤੇ ਨਾ ਕਿਤੇ ਉਹਨਾਂ ਦਾ ਇੱਕ ਡਿਸੀਜ਼ਨ, ਗਲਤ ਜਿਹੜਾ ਗਲਤ ਫੈਸਲਾ ਉਹਨਾਂ ਦੇ ਸਾਰੇ ਸੁਪਨਿਆਂ ਨੂੰ ਖਰਾਬ ਕਰ ਸਕਦਾ ਵਾ। ਸੋ ਡੀਅਰ, ਧਿਆਨ ਨਾਲ ਸੁਣਨੀ ਹੈ ਵੀਡੀਓ, ਅਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਤਾਂ ਕਿ ਹੋਰ ਬੱਚਿਆਂ ਤੱਕ ਵੀ ਇਹ ਵੀਡੀਓ ਵੱਧ ਤੋਂ ਵੱਧ ਪਹੁੰਚ ਸਕੇ, ਤਾਂ ਕਿ ਅਨਇੰਟੈਂਸ਼ਨਲੀ ਕਿਸੇ ਦਾ ਵੀ ਕੋਈ ਵੀ ਬੱਚਾ ਦਾ ਨੁਕਸਾਨ ਨਾ ਸ਼ੁਰੂ ਹੋ ਜਾਏ। ਕਿਉਂਕਿ ਡੀਅਰ ਸਾਡੀ ਇੰਡਸਟਰੀ ਦੇ ਵਿੱਚ, ਮਾਫ਼ ਕਰਨਾ ਜੇ ਮੈਂ ਕਿਸੇ ਲਈ ਕੁਛ ਮਾੜਾ ਕਹਿ ਜਾਂਦਾ, ਅਤੇ ਕਿਤੇ ਨਾ ਕਿਤੇ ਡੀਅਰ ਐਡਵਰਟਾਈਜ਼ਮੈਂਟ ਜਦੋਂ ਇੱਦਾਂ ਦੀਆਂ ਆ ਜਾਂਦੀਆਂ ਹੈਗੀਆਂ, ਕਿਉਂਕਿ ਅੱਜ ਵੀ ਮੈਂ ਤੁਹਾਡੇ ਨਾਲ ਵੀਡੀਓ ਤਾਂ ਸ਼ੂਟ ਕਰ ਰਿਹਾ ਕਿ ਸਾਡੇ ਕੋਲ ਅੱਜ ਵੀ ਕੁਐਰੀਜ਼ ਆਈਆਂ ਬੱਚੇ ਦੀਆਂ ਕਿ ਜਿਹੜੇ ਬੱਚੇ ਵੀਜ਼ਾ ਲੱਗ ਚੁੱਕਾ ਵਾ, ਬਟ ਉਹਨਾਂ ਨੂੰ ਐਡਵਾਈਸ ਦਿੱਤੀ ਜਾ ਰਹੀ ਕਿ ਬੇਟਾ ਹੁਣ ਤੂੰ ਆਪਣਾ ਕਾਲਜ ਚੇਂਜ ਕਰ ਲਾ, ਵੀਜ਼ਾ ਤੁਹਾਡਾ ਲੱਗ ਚੁੱਕਾ ਵਾ। ਸੋ ਬਸ ਅੱਜ ਮੇਰਾ ਮੇਨ ਟੋਪਿਕ ਡੀਅਰ ਉਹੀ ਆ ਕਿ ਤੁਸੀਂ ਆਪਣਾ ਵੀਜ਼ਾ ਲੱਗਣ ਤੋਂ ਬਾਅਦ ਕਾਲਜ ਚੇਂਜ ਕਰ ਸਕਦੇ ਆ, ਕਾਲਜ ਯੂਨੀਵਰਸਿਟੀ ਚੇਂਜ ਕਰ ਸਕਦੇ ਜਾਂ ਨਹੀਂ ਕਰ ਸਕਦੇ। ਸੋ ਡੀਅਰ, ਮੈਂ ਤਾਂ ਹਮੇਸ਼ਾ ਟਰਾਈ ਕਰਦਾ ਹੁੰਦਾ, ਪਿਛਲੇ ਕਾਫੀ ਟਾਈਮ ਤੋਂ ਅਸੀਂ ਤੁਹਾਡੇ ਨਾਲ ਲਾਈਵ ਹੁੰਦੇ ਹਾਂ, ਇਸੇ ਮੰਚ ਤੋਂ ਤੁਹਾਡੇ ਨਾਲ ਜੁੜਦੇ ਹਾਂ, ਤਾਂ ਹਮੇਸ਼ਾ ਟਰਾਈ ਕੀਤੀ ਆ ਸੱਚੇ ਦਿਲ ਨਾਲ ਕਿ ਇਮਾਨਦਾਰੀ ਨਾਲ ਤੁਹਾਡੇ ਤੱਕ ਸਾਰੇ ਅਪਡੇਟ ਲਿਆਏ ਤੁਹਾਡੇ ਤੱਕ ਪਹੁੰਚਾਏ ਜਾ ਸਕਣ, ਤਾਂ ਕਿ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਨੁਕਸਾਨ ਨਾ ਹੋ ਸਕੇ। ਸੋ ਡੀਅਰ, ਇਹ ਜਿਹੜਾ ਅਪਡੇਟ ਹੈਗਾ ਵਾ, ਕੈਨੇਡਾ ਨੇ ਆਪਣੀ ਆਫਿਸ਼ੀਅਲ ਸਾਈਟ 'ਤੇ ਵੀ ਪਾ ਦਿੱਤਾ ਵਾ ਕਿ ਤੁਸੀਂ ਜੇਕਰ DLI ਚੇਂਜ ਕਰਦੇ ਆ, ਆਪਣਾ ਕਾਲਜ ਚੇਂਜ ਕਰਦੇ ਆ, ਸਿੰਪਲ ਵਰਡਸ ਦੇ ਵਿੱਚ ਕਹੂੰਗਾ ਡੀਅਰ, ਤਾਂ ਤੁਹਾਨੂੰ ਜਿਹੜੀ ਆਪਣੀ ਵੀਜ਼ਾ ਫਾਈਲ, ਵੀਜ਼ਾ ਡੀਅਰ ਤੁਹਾਡਾ ਕੈਂਸਲ, ਤੁਹਾਨੂੰ ਐਪਲੀਕੇਸ਼ਨ ਨਵੀਂ ਪਾਉਣੀ ਪੈ ਜੂਗੀ। ਬਾਰਡਰ ਸਿਕਿਉਰਿਟੀ ਆਫਿਸਰ ਤੁਹਾਡੇ ਤੋਂ ਸਵਾਲ ਪੁੱਛ ਸਕਦਾ, ਤੁਹਾਨੂੰ ਉੱਥੋਂ ਵਾਪਸ ਭੇਜ ਸਕਦਾ, ਕਿਉਂਕਿ ਤੁਸੀਂ ਜੇਕਰ ਕਾਲਜ ਚੇਂਜ ਕਰ ਲੈਂਦੇ ਆ ਤਾਂ ਤੁਹਾਨੂੰ ਵੀਜ਼ਾ ਫਾਈਲ ਹੀ ਦੁਬਾਰਾ ਰੀਲੌਂਚ ਕਰਨੀ ਪਊਗੀ, ਦੁਬਾਰਾ ਪੇਮੈਂਟ ਕਰਨੀ ਪਊਗੀ। ਸੋ ਡੀਅਰ, ਇਹ ਚੀਜ਼ਾਂ ਆ ਰਹੀਆਂ ਮਾਰਕੀਟ ਦੇ ਵਿੱਚ, ਸਪੈਸ਼ਲੀ ਹੁਣ ਜਿਹੜੇ ਕਿਊਬਿਕ ਵਾਲੇ ਬੱਚਿਆਂ ਦੇ ਡੀਅਰ, ਹੁਣ ਜਦੋਂ ਰਿਜ਼ਲਟ ਆਉਣੇ ਆ, ਬੱਚੇ ਡਰੇ ਹੋਣੇ ਆ, ਹਮੇਸ਼ਾ ਡਰ ਦਾ ਹੀ ਕਹਿੰਦੇ ਆ ਨਾ ਫਾਇਦਾ ਚੱਕਿਆ ਜਾਂਦਾ ਵਾ, ਅਤੇ ਉਹਨਾਂ ਬੱਚਿਆਂ ਨੂੰ ਗਾਈਡ ਵੀ ਕੀਤਾ ਜਾ ਸਕਦਾ ਕਿ ਇੱਥੋਂ ਆਪਣਾ ਵਿਦਡਰੋਲ ਲੈ ਕੇ ਹੁਣ ਤੁਸੀਂ ਆਪਣੀ ਪੈਸੇ ਰਿਫੰਡ ਪਾ ਲਓ ਅਤੇ ਕਾਲਜ ਚੇਂਜ ਕਰਕੇ ਇੱਥੋਂ ਚਲੇ ਜਾਓ। ਡੀਅਰ, ਇੱਦਾਂ ਦਾ ਕੰਮ ਬਿਲਕੁਲ ਨਾ ਕਰੋ, ਕਿਉਂਕਿ ਅੱਜ ਵੀ ਮੈਨੂੰ ਬੱਚੇ ਨੇ ਇਹ ਸਵਾਲ ਪੁੱਛਿਆ, ਸਰ ਸਾਨੂੰ ਬੈਨੀਫਿਟ ਹੋਊਗਾ ਇਸ ਚੀਜ਼ ਦਾ ਅਸੀਂ ਕਰ ਲਈਏ, ਤਾਂ ਕੋਈ ਨਹੀਂ ਅਸੀਂ ਐਕਸਟਰਾ ਫੀਸ ਦੇ ਕੇ ਕਿਸੇ ਹੋਰ ਯੂਨੀਵਰਸਿਟੀ ਚੱਲ ਜਾਂਦੇ ਹਾਂ, ਅਸੀਂ ਕਿਊਬਿਕ ਦੇ ਵਿੱਚ ਨਹੀਂ ਜਾਂਦੇ ਜੇ ਸਾਡੇ ਨਾਲ ਇੱਦਾਂ ਹੋ ਜਾਂਦਾ। ਸੋ ਡੀਅਰ, ਮੈਂ ਇੱਕ ਤੁਹਾਨੂੰ ਇੱਕ ਵਾਰ ਫਿਰ ਸਾਫ਼ ਤੌਰ 'ਤੇ ਕਹਿਣਾ ਚਾਹੂੰਗਾ, ਜਦੋਂ ਵੀ ਤੁਹਾਨੂੰ ਕੋਈ ਤੁਹਾਡੇ ਫਾਇਦੇ ਲਈ ਇੱਦਾਂ ਦੀਆਂ ਗੱਲਾਂ ਦੱਸਦਾ ਕਿ ਆਹ ਚੀਜ਼ ਕਰ ਲਓ ਤੁਹਾਨੂੰ ਫਾਇਦਾ ਹੋ ਜੂਗਾ, ਡੀਅਰ ਸੋਚ ਸਮਝ ਕੇ ਡਿਸੀਜ਼ਨ ਲੈਣਾ ਉਸ ਵਿੱਚ ਕਿਹਦਾ ਫਾਇਦਾ ਹੋਊਗਾ। ਤੁਸੀਂ ਆਪ ਸਾਰੇ ਸਮਝਦਾਰ ਹੋ ਚੁੱਕੇ ਹੋ ਇੰਨੀ ਦੇਰ, ਤਾਂ ਮੈਂ ਕਹੂੰਗਾ ਇਸ ਪੰਡੈਮਿਕ ਸਿਚੁਏਸ਼ਨ ਨੇ ਬਹੁਤ ਵਧੀਆ, ਮੈਂ ਤਾਂ ਕਹੂੰਗਾ ਬਲੈਸਿੰਗ ਕਹੂੰਗਾ ਕਿ ਪਰਮਾਤਮਾ ਨੇ ਬੱਚਿਆਂ ਨੂੰ ਬਹੁਤ ਅਵੇਅਰ ਕੀਤਾ ਤਾਂ ਕਿ ਜਿਹੜੇ ਉਹ ਕਿ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇੱਦਾਂ ਦਾ ਅਪਡੇਟ ਆਉਂਦਾ ਨਾਲ ਦੀ ਨਾਲ ਉਹਨਾਂ ਤੱਕ ਆ ਸਕੇ ਅਤੇ ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਾ ਹੋ ਸਕੇ। ਸੋ ਬਹੁਤ ਵਧੀਆ ਗੱਲ ਵੀ ਹੈਗੀ ਆ, ਸਾਰੇ ਬੱਚੇ ਹੁਣ ਅਪਡੇਟਡ ਰਹਿੰਦੇ ਆ। ਸੋ ਇਸ ਵੀਡੀਓ ਨੂੰ ਡੀਅਰ ਥੋੜ੍ਹਾ ਇਹ ਬਿਲਕੁਲ ਲਾਈਟਲੀ ਨਹੀਂ ਲੈਣਾ, ਕਿਉਂਕਿ ਮੈਂ ਅੱਗੇ ਵੀ ਕਹਿੰਦਾ ਕੈਨੇਡਾ ਤੁਸੀਂ ਜਾਣਾ ਚਾਹੁੰਦੇ, ਕੈਨੇਡਾ ਦੇ ਸਪੈਸੀਫਿਕ ਗੱਲ ਕਰਦਾ, ਮੈਂ ਵੀ ਚਾਹੇ ਕੋਈ ਡੀਅਰ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਕਿਸੇ ਵੀ ਆਪਣੀ ਵੀਡੀਓ ਦੇ ਵਿੱਚ, ਕਿਸੇ ਵੀ ਲਾਈਵ ਸ਼ੋਅ ਦੇ ਵਿੱਚ ਜਾਂ ਕਿਸੇ ਹੋਰ ਕੰਸਲਟੈਂਟ ਤੋਂ ਤੁਸੀਂ ਕੋਈ ਇਨਫੋਰਮੇਸ਼ਨ ਲੈਂਦੇ ਆ, ਡੀਅਰ ਉਹ ਸਾਰੀ ਜਿੰਨੀ ਵੀ ਇਨਫੋਰਮੇਸ਼ਨ ਹੁੰਦੀ ਆ ਤੁਸੀਂ ਕੈਨੇਡਾ ਦੀ ਜਿਹੜੀ CIC ਦੀ ਸਾਈਟ ਜਿਹੜੀ ਹੈਗੀ ਹੈ CIC.GC.CA 'ਤੇ ਜਾ ਕੇ ਤੁਸੀਂ ਆਪ ਸਾਰਾ ਕੁਝ ਚੈੱਕ ਕਰ ਸਕਦੇ ਆ। ਇਹ ਜਿਹੜਾ ਅਪਡੇਟ ਤੁਹਾਨੂੰ ਮੈਂ ਕਹਿ ਰਿਹਾ, ਚੇਂਜਿੰਗ ਯੋਰ ਸਕੂਲ ਐਂਡ ਪ੍ਰੋਗਰਾਮ, ਜਿਹੜਾ ਉੱਥੇ ਆਈਕਨ ਹੈਗਾ ਵਾ ਸਟੱਡੀ ਪਰਮਿਟ ਦੇ ਵਿੱਚ ਜਾ ਕੇ, ਡੀਅਰ ਉੱਥੇ ਤੁਸੀਂ ਕਲਿੱਕ ਕਰੋਗੇ ਤੁਸੀਂ ਆਪ ਉਹਦੇ ਵਿੱਚ ਜਾ ਕੇ ਦੇਖ ਸਕਦੇ ਆ ਕਿ ਜੇਕਰ ਸਾਫ਼ ਤੌਰ 'ਤੇ ਉਹਨਾਂ ਨੇ ਲਿਖਿਆ ਵਾ, ਜੇਕਰ ਤੁਸੀਂ ਆਪਣਾ DLI ਚੇਂਜ ਕਰਦੇ ਆ, ਤੁਸੀਂ ਆਊਟਸਾਈਡ ਕੈਨੇਡਾ ਹੈਗੇ ਆ, ਤੁਸੀਂ ਆਪਣਾ DLI ਚੇਂਜ ਕਰਦੇ ਆ ਆਫਟਰ ਤੁਹਾਡਾ ਵੀਜ਼ਾ ਅਪਰੂਵਲ ਤੋਂ ਬਾਅਦ, ਤਾਂ ਤੁਹਾਨੂੰ ਨਵੀਂ ਫਾਈਲ ਹੀ ਸਬਮਿਟ ਕਰਨੀ ਪਊਗੀ। ਡੀਅਰ ਬਹੁਤ ਮਿਹਨਤ ਨਾਲ ਵੀਜ਼ਾ ਲੱਗਾ, ਬੜਾ ਕਰਮਾਂ ਵਾਲੇ ਆ ਤੁਸੀਂ, ਤੁਹਾਡਾ ਵੀਜ਼ਾ ਅਪਰੂਵ ਹੋਇਆ। ਬਹੁਤ ਸਾਰੇ ਬੱਚਿਆਂ ਦੀਆਂ ਡੀਅਰ ਰਿਫਿਊਜ਼ਲਸ ਵੀ ਆ ਰਹੀਆਂ, ਮੈਂ ਗੱਲ ਵੀ ਕਰਦਾ ਪੈਂਡਿੰਗਲੀ, ਬਾਰ ਬਾਰ ਜੇ ਵੀਜ਼ਾਸ ਨਿਕਲ ਰਹੇ ਅਤੇ ਨਾਲ ਪੈਰਲਰ ਬੱਚਿਆਂ ਦੇ ਡੀਅਰ ਰਿਫਿਊਜ਼ਲਸ ਵੀ ਲੱਗ ਰਹੇ ਹਾਂ। ਸੋ ਅੱਜ ਇੱਕ ਮੈਂ ਤੁਹਾਡੇ ਨਾਲ ਇੱਕ ਹੋਰ ਖੁਸ਼ੀ ਦੀ ਗੱਲ ਵੀ ਸਾਂਝੀ ਕਰੂੰਗਾ ਇਸ ਅਪਡੇਟ ਦੇ ਨਾਲ ਹੀ,
एक लाइव शो के अपने कहना भी होंगे जदों साडा सक्सैस रेट चलन दिया जे असी रीअप्लाई फाइल की जे बच्चे रिफ्यूजल्स हुई असी 100% सक्सैस रेट चलन दिया एक जो सू बच्चों याद हो मैं कहना भी होंगे कि इस जरा सा 2021 साल की शुरुआत फ्रैश फाइल डीयर के लॉन्च की वो रिफ्यूजल तो स्टार्ट हुई थी कॉम्प्लीकेटड प्रोफाइल से है फ्रैश सी पर प्रोफाइल डीयर अज सू उन्हों का भी वीज़ा निकलिया हाँ असं साडे को रीअप्लाई हुई फाइल तो उस बच्चे का भी वीज़ा आया सो अच्छ मैं उन्होंने भी वधाई देना चाहूँगा क्योंकि मैं तो अगे कहना हूँ कि वीज़ा जिहड़ा लगना बच्चे का सपना करना एक बहुत वड्डा एक काम आ किसी के सपन पूरा करना तो खासकर जो रिफ्यूजल लग रही चाहे मेरे को लगी चाहे किसी होर को लगी तो जो उस बच्चे का रिफ्यूजल तो बाद वीज़ा लगता तो डीयर बहुत खुशी की गल आ सो रिफ्यूजल तो बाद वीज़ा लेना एक आफ्टर एक बहुत चैलेंजिंग ही है चाहे मेरे को आए डीयर मैं कई बार कहना भी हूँ कि रिफ्यूजल इस पार्ट ऑफ लाइफ साडिया भी आदियाँ तो जी सा रिफ्यूजल डीयर स्टार्ट हुई थी 2021 तो फ्रैश प्रोफाइल से वो भी रीअप्लाई करके जो 100% सक्सैस रेट में साडा अज तक टिल डेट भी है वा सो बच्चे ये तो चलो सी जी मैं लाइव शो बच्चे वधाई भी देना चाहता सी बट जो हूँ DLI चेंज डीयर सोच समझ के जे किसी ने किया हो भी ट्रैवल करने तो पहले इस चीज़ को अपनी गलती सॉर्ट आउट करे सॉर्ट आउट किदा कर सकता दोबारा ही फाइल उन्होंने अपनी एप्लीकेशन रीलॉन्च करनी पैनी है तो जे बच्चे सोच रहे हैं वो इस चीज़ नूं ध्यान नाल सोच समझ के चलना कि बहुत वड्डा किते ना किते तुहाडा इह नुकसान हो सकता सो डीयर तुहानूं कोई भी इनफॉर्मेशन चाहिए आ तुसीं अपनी नवी एप्लीकेशन फाइल लॉन्च करना चाहते हैं जो किसी तरह का भी तुहानूं डाउट हैगा तुसीं साडे इसे डिस्प्ले हुंदे नंबर 85578 85578 नंबर पर कॉल करके अपने सारे सवालों के जवाब लै सकते सत श्री अकाल जी।